ਅਸਲਾਮ ਵਾਲੇਕਮ ਵੀਰੋ ਤੇ ਮਿੱਤਰੋ ਕੀ ਹਾਲ ਚਾਲ ਨੇ ਤਬੀਅਤ ਸਿਹਤ ਬੱਚੇ ਠੀਕ ਨੇ ਮੇਰੇ ਨਾਲ ਅੱਜ ਇੱਕ ਬਹੁਤ ਹੀ ਅੱਛੇ ਇਨਸਾਨ ਜਿਹੜੇ ਕਿ ਮੌਲਾਨਾ ਤਾਰਕ ਜਮੀਲ ਸਾਹਿਬ ਦੇ ਸਹਬਜ਼ਾਦੇ ਆਸਮ ਜਮੀਲ ਬਖਜ਼ਾ ਇਲਾਈ ਵਫਾਤ ਪਾ ਗਏ ਨੇ ਇਸ ਵਕਤ ਉਹਨਾਂ ਦੀ ਕਬਰ ਤੇ ਮੌਜੂਦ ਹਾਂ ਇਹ ਰਫੀਕ ਸਫਰ ਸੀ ਉਹਨਾਂ ਦੇ ਤੇ ਅੱਜ ਕੱਲ ਮੀਡੀਆ ਤੇ ਬੜੇ ਗਲਤ ਲੋਕ ਗਲਤ ਜਿਹੜੇ ਕਮੈਂਟ ਔਰ ਗਲਤ ਗੱਲਾਂ ਗਲਤ ਵੀਡੀਓ ਬਣਾ ਰਹੇ ਨੇ ਤੇ ਅਸੀਂ ਬਾਈ ਨਾਲ ਇੱਥੇ ਜੱਟਕ ਬੈਠੇ ਆ ਇਹਨਾਂ ਦੇ ਜਿਹੜਾ ਹੈ ਕਮੈਂਟ ਵੀ ਲੈ ਨੇ ਔਰ ਭਾਈ ਬੜਾ ਅਫਸੋਸ ਕਰ ਰਹੇ ਨੇ ਔਰ ਇਹਨਾਂ ਕੋਲ ਪੁੱਛਨੇ ਆਇਆ ਕਿ ਇਹ ਲੋਕਾਂ ਵਾਸਤੇ ਕੀ ਕਹਿਣਾ ਚਾਹੁੰਦੇ ਨੇ ਅਸਲਾਮ ਅਲੈਕਮ ਜੀ ਵਾਲੇਕਮ ਅਸਲਾਮ ਅੱਛਾ ਭਾਈ ਜਨ ਥੋੜਾ ਜਿਹਾ ਤਾਰਫ ਕਰਾ ਦੇਣਾ ਜੀ ਮੇਰਾ ਨਾਮ ਆਸਿਫ ਹੈ ਜੀ ਮੈਂ ਮੀਆਂ ਸਾਹਿਬ ਦਾ ਡਰਾਈਵਰ ਹਾਂ ਮੀਆਂ ਆਸਿਮ ਸਾਹਿਬ ਦਾ ਜੀ ਜਿਹੜੇ ਲੋਕ ਇਹ ਗੱਲਾਂ ਕਰ ਰਹੇ ਨੇ ਮੀਆਂ ਸਾਹਿਬ ਦੇ ਬਾਰੇ ਗਲਤ ਗਲਤ ਕਮੈਂਟ ਕਰਦੇ ਨੇ ਗਲਤ ਗਲਤ ਗੱਲਾਂ ਕਰਦੇ ਨੇ ਇੱਕੋ ਉਸਮਾਨ ਨੇ ਕੋਈ ਮੌਲਵੀ ਹੋਰ ਵੀ ਇਹਨਾਂ ਕਾਫੀ ਜਿਹੜੇ ਗੱਲ ਹੀ ਕਰਦੇ ਨੇ ਬੜਾ ਗਲਤ ਬੁਲੰਦੇ ਨੇ ਮੇਰਾ ਉਹਨਾਂ ਵਾਸਤੇ ਪੈਗਾਮ ਹੈ ਵੀ ਯਾਰ ਕਮਸ ਕਮ ਇਨਸਾਨ ਵਾਸਤੇ ਨਾ ਕੋਈ ਅੱਛਾ ਉਦਮਾਨ ਕਰਨਾ ਚਾਹੀਦਾ ਅੱਛੀ ਗੱਲ ਕਰਨੀ ਚਾਹੀਦੀ ਉਹ ਬੜੇ अच्छे انسان ਹਨ ਸਾਨੂੰ ਯਕੀਨ ਜਾਣੋ ਉਹਨਾਂ ਦੀ ਤਰਬੀਅਤ ਹੈ ਮੀਆਂ ਅਸਮ ਸਾਹਿਬ ਦੀ ਉਹਨਾਂ ਦੇ ਘਰਦਿਆਂ ਦੀ ਉਹਨਾਂ ਦੀ ਸਾਰਿਆਂ ਦੀ ਮੁਹੱਬਤ ਕਿ ਅਸਾਂ ਕਿਸੇ ਦੇ ਬਾਰੇ ਕੋ ਗਲਤ ਕਮੈਂਟ ਨਹੀਂ ਕਰ ਸਕਦੇ ਕੋ ਗਲਤ ਗੱਲ ਨਹੀਂ ਕਰ ਸਕਦੇ ਨਹੀਂ ਤੇ ਮੇਰੇ ਕੋਲ ਇਤਨੀ ਗੱਲ ਹੀ ਤਿਆਰ ਹਨ ਕਿ ਮੈਂ ਨਾ ਕਿ ਇਹ ਸਾਰੇ ਆਪਣੀ ਸੱਤੇ نسلਾਂ ਦੀ ਮਨਾ ਕਰਕੇ ਮਰਨਾ ਕਿ ਕਿਸੇ ਦੇ ਬਾਰੇ ਗਲਤ ਗੱਲ ਨਹੀਂ ਕਰਨੀ ਚਾਹੀਦੀ ਠੀਕ ਹੈ ਨਾ ਅਸਾਂ ਮੋੜ ਵੀ ਹਇਆ ਕਰ ਜਾਨੇ ਉਹਨਾਂ ਨੂੰ ਮੇਰਾ ਸਾਹਿਬ ਭਾਈ ਵੈਸੇ ਇਹ ਬੰਦੇ ਅੰਦਾਜ਼ਾ ਲਾ ਰਹੇ ਨੇ ਕਿਉਂਕਿ ਤੁਸੀਂ ਉਹਨਾਂ ਦੇ ਹਮੇਸ਼ਾ ਨਾਲ ਰਹੇ ਹੋ 12 ਸਾਲ ਤੁਹਾਡੀ ਉਹਦੇ ਨਾਲ ਸਰਵਿਸ guzri ਹੈ ਜੀ ਤੇ ਇਹ ਕਿਸ ਗੱਲ ਨੂੰ ਕੀ وجہ ਹੈ ਕਿਉਂ ਇਸ ਤਰ੍ਹਾਂ ਕਰ ਰਹੇ ਨੇ ਕਿਉਂਕਿ ਮੌਲਵੀ ਟਾਈਪ ਜਿਹੜੇ ਹੁੰਦੇ ਨੇ ਉਹ ਤਾਂ ਲੋਕਾਂ ਨੂੰ ਜਿਹੜਾ ਗਲਤ ਵੀ ਹੋਵੇ ਉਹਨੂੰ ਗਲਤ ਨਹੀਂ ਕਹਿੰਦੇ ਕਿਉਂਕਿ ਅੱਲਾਹ ਦਾ ਹੁਕਮ ਵੀ ਹੈ ਕਿਸੇ ਨੂੰ ਗਲਤ ਨਾ ਕੋ ਮੋਰ ਤੁਹਾਨੂੰ ਪਤਾ ਤਾਂ ਹੈ ਨਾ ਵੀ ਇਹ ਆਪਣੇ ਆਪਣੇ ਕਾਰੋਬਾਰ ਨੂੰ ਚਮਕਾਉਣ ਹੁੰਦਾ ਹੈ ਠੀਕ ਹੈ ਨਾ ਸਾਡੇ ਮੀਆਂ ਸਾਹਿਬ ਤਾਂ ਅਸੀਂ ਕਦੀ ਨਹੀਂ ਵੇਖਿਆ ਮੌਲਾਨਾ ਸਾਹਿਬ ਵੀ ਇਹਨਾਂ ਕਦੀ ਕਿਸੇ ਦੇ ਬਾਰੇ ਗਲਤ ਗੱਲ ਕੀਤੀ ਹੋਵੇ ਜਾਂ ਕਿਸੇ ਨੂੰ ਗਾਲ ਕੱਢੀ ਹੋਵੇ ਜਾਂ ਉਹਨਾਂ ਨੂੰ ਅੱਲਾਹ ਦੇ ਦਿੱਤੋ ਆਪ ਦਾ ਬੜਾ ਖੁਸ਼ੀ ਇੱਕ ਉਹਨਾਂ ਦਾ ਭਾਈ ਡਾਕਟਰ ਹੈ ਇੱਕ ਉਹ ਆਪ ਮਾਲਾ ਮਾਸ਼ਾ ਅੱਲਾ ਮੌਲਾਨਾ ਸਾਹਿਬ ਹੈ ਤੇ ਉਹਨਾਂ ਨੂੰ ਅੱਲਾਹ ਦੇ ਦਿੱਤੋ ਆਪ ਦਾ ਬੜਾ ਖੁਸ਼ੀ ਲੇਕਿਨ ਲੋਕ ਜੈਲਸ ਹੁੰਦੇ ਨਾ ਸੜਦੇ ਨ ਇਹ ਦੁੱਖ ਦੇਣ ਸਿਰਫ ਹੋਰ ਕੋਈ ਗੱਲ ਨਹੀਂ ਹੈ ਮੈਂ ਉਹਨਾਂ ਦੇ ਨਾਲ ਰਿਹਾ ਨਾ ਉਹਨਾਂ ਦੀਆਂ ਛਾਈਆਂ ਜਾਣਨੀ ਨਾ ਤੇ ਮੇਰੇ ਕੋਲ ਪੁੱਛ ਕੇ ਵਖਣ ਯਕੀਨ ਜਾਣੋ ਮੈਂ ਨਾ ਕਿ ਉਹ ਫੌਤ ਹੋਏ ਨਾ ਤੇ ਪਤਾ ਲੱਗਦਾ ਕਿ ਯਾਰ ਕੋਈ ਵਿਛੜਿਆ ਹੈ ਠੀਕ ਹੈ ਨਾ ਕੋਈ ਗਿਆ ਸਾਡੇ ਕੋਲ ਸਵੇਰ ਮੀਂਹ ਦਾ ਸ਼ਾਮ ਤੱਕ ਕੋਈ ਬੈਠਦਾ ਰਹਿੰਦਾ ਕਬਰਿਸਤਾਨ ਬਾਣਾ ਕੋਈ ਸੌਖਾ ਕੰਮ ਨਹੀਂ ਹੁੰਦਾ ਠੀਕ ਹੈ ਨਾ ਮੇਕਨ ਉਹਨਾਂ ਦੀ ਮੁਹੱਬਤ ਬਹੀਂਦੀ ਹੈ ਇਹ ਮؤਮਨ ਇਨਸਾਨ ਇਨ ਦੀ ਕਬਰ ਤੇ ਆ ਕੇ ਲੋਕਾਂ ਨੂੰ ਸਕੂਨ ਮਿਲਦਾ ਇਹਨਾਂ ਦੀ ਇਨਾਂ ਦੇ ਬੋਲਾ ਨਹੀਂ ਜਿੱਤੇ ਆ ਗਫਲਤ ਟਪਕ ਰਹੀ ਹੁੰਦੀ ਹੈ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਸੀਂ ਸਵੇਰ ਤੋਂ ਸ਼ਾਮ ਤੱਕ ਇੱਥੇ ਹੁੰਦੇ ਹੋ ਤੇ ਕਿੰਨੀ ਕਵਾਮ ਇੱਥੇ ਕਬਰ ਤੇ ਆਉਂਦੀ ਮਾਸ਼ਾਅੱਲਾ ਸਾਰਾ ਦਿਨ ਮਿਲ ਲੱਗ ਹੁੰਦਾ ਜਿੱਥੇ ਆਮ ਦਿਨ ਜਾਂਦੇ ਸਾਰੇ ਠਾਈ ਹੁੰਨੇ ਆ ਜੀ ਅਸੀਂ ਰਾਤ 9 ਵਜੇ ਤੱਕ ਬੰਨੇ ਇੱਥੇ ਉਹਨਾਂ ਦੀ ਮੁਹੱਬਤ ਬਹੀਂਦੀ ਹੈ ਜੀ ਸਾਰਾ ਦਿਨ ਮਾਸ਼ਾਅੱਲਾ ਇੱਥੇ ਜਾੜੋ ਫਿਰਨ ਆਇ ਤੇ ਮੁਹੱਬਤ ਦਿੰਨੇ ਆ ਉਹਨਾਂ ਦੀ ਇਹ ਬਰਕਤ ਹੈ ਉਹਨਾਂ ਦੀ ਮੁਹੱਬਤ ਹੈ ਅੱਛਾ ਐਂਡ ਤੇ ਜਿਹੜੇ ਦੋਸਤ ਨੇ ਗਲਤ ਕਮੈਂਟ ਕਰਦੇ ਨੇ ਜੀ ਉਹਨਾਂ ਨੂੰ ਕੀ ਪੈਗਾਮ ਦੇਵੋਗੇ ਪੈਗਾਮ ਹੀ ਹੋਏ ਯਾਰ ਵੀ ਇਨਸਾਨ ਬਣੋ ਯਾਰ ਕਿ ਇਨਸਾਨ ਦੀ ਇਨਸਾਨੀਅਤ ਵੇਖੋ ਠੀਕ ਹੈ ਨਾ ਕੁਝ ਵੇਖੋ ਯਾਰ ਉਹ ਚਲੇ ਗਏ ਹਨ ਉਹਨਾਂ ਦੇ ਬਾਰੇ ਤੁਹਾਨੂੰ ਅਛਾਈਆਂ ਦਾ ਕੁਝ ਪਤਾ ਕਰਨਾ ਤੇ ਸਾਡੇ ਕੋਲੋਂ ਆ ਪੁੱਛੋ ਯਕੀਨ ਜਾਣੋ ਅਸੀਂ ਆਪਣੀ ਕਬਰ ਦੀ ਜਗ੍ਹਾ ਦਾ ਆਪ ਦਾ ਸਵਾਲ ਦੇਵਣਾ ਅਸੀਂ ਤੁਹਾਨੂੰ ਸਹੀ ਗੱਲ ਕਰੇ ਸਾਂ ਸਹੀ ਦੱਸੇ ਸਾਂ ਲੇਕਿਨ ਮਿਹਰਬਾਨੀ ਕਰੋ ਯਾਰ ਉਹਨਾਂ ਦੇ ਬਾਰੇ ਗਲਤ ਗੱਲ ਨਾ ਕੀਤੀ ਕਰੋ ਬੜੀ ਤਕਲੀਫ ਹੁੰਦੀ ਏ ਦਿਲ ਰੋਂਦਾ ਏ ਵੀ ਬੜਾ ਕੁਝ ਕਰਨ ਨੂੰ ਦਿਲ ਆਂਦਾ ਤੁਹਾਡੇ ਬਾਰੇ ਲੇਕਿਨ ਅਸੀਂ ਰੁਕ ਜਾਣੇ ਕਿ ਯਾਰ ਸਾਨੂੰ ਉਹਨਾਂ ਦੀ ਇਤਨੀ ਅੱਛੀ ਤਰਬੀਅਤ ਹੈ ਯਕੀਨ ਜਾਨੋ ਕਦੀ ਕਿਸੇ ਤੇ ਗੀਲਾ ਨਾ ਸੁਣਦੇ ਕਿਸੇ ਤੇ ਗੀਬਤ ਨਾ ਕਰਦੇ ਠੀਕ ਹੈ ਨਾ ਜਿਵੇਂ ਉਹਨਾਂ ਅੱਲਾ ਨਾਲ ਮੁਹੱਬਤ ਕੀਤੀ ਨਾ ਇਹ ਮਿੰਬਰੇ ਰਸੂਲ ਤੇ ਬਹਿ ਕੇ ਉਸ ਤਰ੍ਹਾਂ ਨਹੀਂ ਕਰ ਸਕਦੇ ਯਕੀਨ ਜਾਨੋ ਮੈਂ ਉਹਨਾਂ ਨੂੰ ਵੇਖ ਕੇ ਬਨੰਦ ਨਾਲ ਵਕਤ ਗੁਜ਼ਾਰ ਕੇ ਗੱਲ ਕਰ ਰਿਹਾ ਠੀਕ ਹੈ ਨਾ ਇਹ ਜਿਹੜੇ ਬੁਲੰਦੇ ਨੇ ਉਹਨਾਂ ਦੇ ਬਾਰੇ ਜਿਹੜੇ ਨਿਵਾਜ਼ ਸਾਹਿਬ ਉਹਨਾਂ ਦੇ ਦੋਸਤ ਹਨ ਉਨਨੂੰ ਆਪ ਦੇ ਬੈੱਡ ਤੇ ਚੜਾ ਕੇ ਵੀ ਖਾਣ ਮੈਂ ਬਹਾ ਕੇ ਵੀ ਖਾਣ ਮੈਂ ਮੰਨਣਾ ਹੈ ਇਸ ਗੱਲ ਨੂੰ ਕਿ ਵਾਕਈ ਅੱਲਾ ਲੈ ਜਿਵੇਂ ਵਕਤ ਗੁਜ਼ਾਰਦੇ ਹਨ ਉਸ ਤਰ੍ਹਾਂ ਗੁਜ਼ਾਰ ਕੇ ਵੀ ਖਾਣ ਮੈਂ ਮੰਨਣਾ ਹੈ ਅੱਲਾ ਲੈ ਇਹ ਅੱਲਾ ਲੈ ਜੀ ਇਹ ਤਾਂ ਤਰਟਮ ਹੋ ਜਾਂਦੀ ਜਿਨ੍ਹਾਂ ਦੇ ਬਾਰੇ ਤੇ ਜਿੰਨੀ ਗੱਲ ਕਰ ਲੋ ਉਤਨਾ ਆਪਣਾ ਤੁਸੀਂ ਵਜ਼ੂ ਖਰਾਬ ਕਰਨਾ ਆਪਣਾ ਈਮਾਨ ਖਰਾਬ ਕਰਨਾ ਯਕੀਨ ਜਾਣੋ ਮਕਰੂਹ ਲੋਗ ਨੇ ਉਹ ਮਕਰੂਹ ਲੋਗ ਨੇ ਕਿ ਜਿਨ੍ਹਾਂ ਨੂੰ ਘਰੋਂ شناختੀ ਕਾਰਡ ਤੇ ਟੁੱਕਰ ਦਿੰਦਾ ਠੀਕ ਹੈ ਨਾ ਇਹਨਾਂ ਨੂੰ ਲੋਕਾਂ ਦੇ ਵਿੱਚ ਗੱਲਾਂ ਕਰਨ ਤੋਂ ਇਲਾਵਾ ਕੋਈ ਕੰਮ ਹੀ ਨਹੀਂ ਹੁੰਦਾ ਇਨਾਨਦੇ ਫੈਮਿਲੀ ਦੇ ਬਾਰੇ ਸਾਡੇ ਸਾਹਿਬ ਦੁਬਾਰਾ ਅਗਰ ਕੋਈ ਗੱਲ ਕਰੇ ਸੀ ਗਲਤ ਗੱਲ ਕਰੇ ਸੀ ਯਕੀਨ ਜਾਨੋ ਅਸੀਂ ਬਿਲਕੁਲ ਮੋੜ ਸਾਡੇ ਕੋਲ ਜਿਹੜਾ ਹੋ ਸਕਿਆ ਸੀ ਉਹਨਾਂ ਨਾਲ ਕਰਸਾਂ ਹਾਲ ਤੱਕ ਹਾਲ ਤੱਕ ਅਸੀਂ ਉਹਨਾਂ ਦੀ ਗੱਲ ਨੂੰ ਵੇਖ ਰਹੇ ਹਾਂ ਜੋ ਸਾਨੂੰ ਅਸੀਂ ਖਾਂਦੇ ਆਂ ਜੋ ਸਾਨੂੰ ਦਸਿੰਦੇ ਆਂ ਜੋ ਉਹ ਕਰਿੰਦੇ ਆਂ ਅਸੀਂ ਵੇਖ ਤੋ ਉਹਨਾਂ ਨੂੰ ਉਹ ਅਮਲ ਕਰ ਰਹੇ ਆਂ ਸ਼ੁਕਰਿਆ ਆਸਬਾਈ ਬੜਾ ਜੀ ਦੋਸਤੋ ਇਹ ਆਸਬਾਈ ਜਿਹੜਾ ਡਰਾਈਵਰ ਹੈ ਇਹਨੇ 12 ਸਾਲ ਉਹਨਾਂ ਦੇ ਇਸ ਵਕਤ ਕਬਰ ਤੇ ਮੌਜੂਦ ਨੇ ਔਰ ਇਹਨਾਂ ਦੇ ਅੰਦਰ ਬੜਾ ਗੁੱਸਾ ਪਾਇਆ ਜਾਂਦਾ ਕਿਉਂਕਿ ਲੋਕ ਗਲਤ ਕਮੈਂਟ ਕਰ ਰਹੇ ਨੇ مولانا طارق جمیل صاحب نو پوری دنیا جاندی ہے کہ اتنے اچھے انسان نے کسی بھی مذہب دےتنن کبھی اٹیک نہیں کیتا اور ہمیشہ جڑی ہے انسانیت والی گل کیتی انسانیت دی بھلائی والی گل کیتی تے اے ڈرائیور صاحب جڑے نے عاصم صاحب دے نال رہے انہاں نے بھی دسیا تانوں کہ عاصم صاحب وی اس طرح بہت ہی اچھے انسان سی گے غریباں دے سوچن والے غریباں دا بھلا کرن والے اور ایدی وجہ تو کافی ایتھے لوکاں نو اسیں ਪੁੱਛਿਆ ਦੱਸਿਆ ਵੀ ਅਸੀਂ ਵੀ ਤਹਿਕੀਕ ਕੀਤੀ ਕਿ ਆਸਮ ਸਾਹਿਬ ਜਿਹੜੇ ਨੇ ਉਹਨਾਂ ਦੀ ਵਜ੍ਹਾ ਤੋਂ ਇੱਥੇ ਕਾਫੀ ਲੋਕਾਂ ਦੇ ਘਰ ਚੱਲ ਰਹੇ ਸੀ ਔਰ ਜਿਸ ਦਿਨ ਤੋਂ ਉਹ ਗਏ ਨੇ ਔਰ ਉਹ ਘਰਾਂ ਦੇ ਵਿੱਚ ਫਾਕੇ ਨੇ ਔਰ ਵਿਚਾਰੇ ਰੋ ਰਹੇ ਨੇ ਲੇਕਿਨ ਹੁਣ ਜਿਹੜਾ ਉਸ ਦਾ ਅਜ਼ਾਲਾ ਜਿਹੜਾ ਮੌਲਾਨਾ ਤਾਰਿਕ ਮੀਰ ਸਾਹਿਬ ਨੇ ਜਿਹੜਾ ਹੈ ਉਹ ਸੰਭਾਲ ਲਿਆ ਉਹਨਾਂ ਦੇ ਘਰ ਉਹੀ ਸੂਰਤ ਹਾਲ ਹੈ ਜਿਸ ਤਰ੍ਹਾਂ ਕਿ ਆਸਮ ਸਾਹਿਬ ਉਹਨਾਂ ਦਾ ਖਾਣਾ ਵਗੈਰਾ ਸਾਰੇ ਇੰਤਜ਼ਾਮਾਤ ਕਰਦੇ ਸੀ ਹੁਣ ਮੌਲਾਨਾ ਸਾਹਿਬ ਨੇ ਵੀ ਉਹਨਾਂ ਦੇ ਇੰਤਜ਼ਾਮਾਤ ਸੰਭਾਲ ਲਏ ਨੇ ਤੇ ਇਹਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਮਿਲਦੇ ਆਗਲੀ ਵੀਡੀਓ ਚ ਅੱਲਾ ਹਾਫਿਜ਼